ਧਰਨਾ ਪ੍ਰਦਰਸ਼ਨ ਕਰ ਰਹੇ ਨੇ ਹਾਂਜੀ ਔਰ ਮਾਲ ਗੱਡੀਆਂ ਇਸ ਵੇਲੇ ਬੰਦ ਹੈਗੀਆਂ ਨੇ ਔਰ ਕੋਲਾ ਹੈ ਨੇ ਥਰਮਲ ਪਲਾਂਟਾਂ ਕੋਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਟੀਵਲ ਸੀਜ਼ਨ ਹੈਗਾ ਆ ਕੀ ਕਹਿੰਦੇ ਹੋ ਤੁਸੀਂ ਵੀ ਕਿਵੇਂ ਚੱਲੇਗਾ ਜਿਹੜਾ ਸਿਸਟਮ ਹੈਗਾ ਇੱਕ ਪਾਸੇ ਕੇਂਦਰ ਸਰਕਾਰ ਮੰਨ ਵੀ ਨਹੀਂ ਰਹੀ ਉਹਨਾਂ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਦੇਖੋ ਵਿਰੋਧ ਦੇ ਵਿੱਚ ਸਾਰਾ ਕੁਛ ਆ ਜਾਂਦਾ ਹੁੰਦਾ ਔਰ ਇਹ ਸਾਰਾ ਕੁਛ ਝੱਲਣਾ ਵੀ ਪੈਂਦਾ ਹੁੰਦਾ ਕਿਉਂਕਿ ਬਿੱਲ ਦਾ ਪਾਸ ਹੋਣਾ ਸਭ ਤੋਂ ਪਹਿਲੀ ਗੱਲ ਹੈ ਇਹ ਉਸ ਤੋਂ ਬਾਅਦ 'ਚ ਹੋ ਰਿਹਾ ਪਹਿਲਾਂ ਬਿੱਲ ਪਾਸ ਹੋਇਆ ਉਸ ਤੋਂ ਬਾਅਦ ਹੀ ਰੇਲਾਂ ਰੁਕੀਆਂ ਉਸ ਤੋਂ ਬਾਅਦ ਹੀ ਸਾਡੇ ਫੈਸਟੀਵਲ ਡਿਸਟਰਬ ਹੋ ਰਹੇ ਹੈ ਪਰ ਹੁਣ ਇੱਥੇ ਮਸਲਾ ਇਹ ਹੈ ਕਿ ਕੀ ਅਸੀਂ ਹੁਣ ਘਰੇ ਬੈਠ ਜਾਈਏ ਤਾਂ ਇਸ ਕਰਕੇ ਮੈਂ ਤਾਂ ਆਪ ਸਭ ਨੂੰ ਅਪੀਲ ਕਰਦਾ ਕਿ ਘਰਾਂ 'ਚੋਂ ਨਿਕਲੋ ਯਾਰ ਨੌਜਵਾਨੀ ਸਾਡੀ ਜਿੱਦਾਂ ਚਲੋ ਹਜੇ ਬਹੁਤ ਜ਼ਿਆਦਾ ਗਿਣਤੀ 'ਚ ਤਾਂ ਨਹੀਂ ਕਹਿ ਸਕਦੇ ਆਪਾਂ ਪਰ ਜਿੰਨੇ ਵੀ ਸਾਡੇ ਭਰਾ ਨਿਕਲੇ ਆ ਮੈਂ ਤਾਂ ਸਾਰਿਆਂ ਨੂੰ ਐਪਰੀਸ਼ੀਏਟ ਕਰਦਾ ਹੋਰ ਵੀ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਭੈਣਾਂ ਨੂੰ ਹੈ ਨਾ ਅਤੇ ਸਭ ਨੂੰ ਮੇਰੀ ਤਾਂ ਬੇਨਤੀ ਹੈ ਕਿ ਆਓ ਆਪਾਂ ਇਸ ਸੰਘਰਸ਼ ਦਾ ਹਿੱਸਾ ਬਣੀਏ ਔਰ ਜਿੱਦਾਂ ਪੀਸਫੁਲੀ ਖੂਬਸੂਰਤੀ ਇਹ ਹੈ ਪੰਜਾਬ ਦੀ ਕਿ ਪੀਸਫੁਲੀ ਪ੍ਰੋਟੈਸਟ ਹੋ ਰਿਹਾ ਡੇਢ ਮਹੀਨਾ ਹੋ ਗਿਆ ਸਾਨੂੰ ਸੜਕਾਂ 'ਤੇ ਫਿਰਦਿਆਂ ਨੂੰ ਅੱਜ ਤੱਕ ਈਵਨ ਕੋਈ ਸਿੰਗਲ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਿਤੇ ਦੇਖੀ ਗਈ ਵੀ ਜਿੱਥੇ ਸਾਨੂੰ ਸ਼ਰਮ ਮਹਿਸੂਸ ਹੋਵੇ ਕਿ ਅਸੀਂ ਪੰਜਾਬੀ ਲੋਕ ਕੀ ਆਹ ਹੁਲੜਬਾਜ਼ੀਆਂ ਕਰ ਰਹੇ ਹਾਂ ਤਾਂ ਇਹ ਇਹ ਸੰਘਰਸ਼ ਦਾ ਹੀ ਹਿੱਸਾ ਵੱਡੇ ਬਾਈ ਕਿ ਸਾਨੂੰ ਸਾਰਿਆਂ ਨੂੰ ਝੱਲਣਾ ਪੈਣਾ ਇਹਨਾਂ ਕਿਉਂਕਿ ਜਦੋਂ ਜਦੋਂ ਕਿਸਾਨ ਕਹਿ ਸਕਦਾ ਕਿ ਇਸ ਵੇਲੇ ਮੇਰਾ ਕਿਸਾਨ ਕਹਿੰਦਾ ਮੇਰਾ ਮੇਰੀ ਹਾਲਤ ਇਹ ਹੈ ਕਿ ਮੈਂ ਜੇ ਕਣਕ ਨਹੀਂ ਵੀ ਬੀਜੂੰਗਾ ਨਾ 6 ਮਹੀਨਿਆਂ ਦੀ ਫਸਲ ਨਹੀਂ ਵੀ ਕਰੂੰਗਾ ਤਾਂ ਮੈਂ ਚੱਲੂੰਗਾ ਜੇ ਉਹ ਐਡੀ ਵੱਡੀ ਗੱਲ ਕਹਿ ਸਕਦਾ ਤਾਂ ਫਿਰ ਆ ਫੈਸਟੀਵਲਾਂ ਦਾ ਡਿਸਟਰਬ ਹੋਣਾ ਮੇਰੇ ਖਿਆਲ 'ਚ ਬੜੀਆਂ ਛੋਟੀਆਂ ਗੱਲਾਂ ਚਲੋ ਇੱਕ ਗੱਲ ਹੋਰ ਸੀਗੀ ਜਿੱਦਾਂ ਪਿਛਲੇ ਦਿਨੀ ਕਿਸਾਨਾਂ ਨੂੰ ਬੁਲਾਇਆ ਗਿਆ ਸੀਗਾ ਕੇਂਦਰ ਸਰਕਾਰ ਵੱਲੋਂ ਮੀਟਿੰਗ ਰੱਖੀ ਗਈ ਸੀ ਪਰ ਕੋਈ ਸਿੱਟਾ ਨਹੀਂ ਨਿਕਲਿਆ ਹਾਂਜੀ ਹੁਣ ਵੀ ਨਰਿੰਦਰ ਸਿੰਘ ਤੋਮਰ ਜਿਹੜੇ ਕ੍ਰਿਸ਼ੀ ਮੰਤਰੀ ਕੇਂਦਰ ਦੇ ਹੈਗੇ ਉਹਨਾਂ ਦਾ ਬਿਆਨ ਆਇਆ ਹੈਗਾ ਵੀ ਕਿਸਾਨ ਜਥੇਬੰਦੀਆਂ ਹੁਣ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਹਾਂਜੀ ਪਰ ਕਿਸਾਨ ਕਹਿੰਦੇ ਉਹ ਨਹੀਂ ਉਹ ਅਸੀਂ ਨਹੀਂ ਉਹਨਾਂ ਕੋਲ ਜਾਣਾ ਉਹ ਵਾਪਸ ਇੱਥੇ ਸਾਡੇ ਕੋਲ ਆਉਣਾ ਫਿਰ ਅਸੀਂ ਗੱਲ ਕਰਾਂਗੇ ਦੇਖੋ ਸਭ ਦੀ ਇੱਜ਼ਤ ਹੈ ਵੱਡੇ ਬਾਈ ਹੈ ਨਾ ਜਦੋਂ ਸਾਡੇ ਵਾਲੇ ਬਜ਼ੁਰਗ ਗਏ ਸੀ ਤਾਂ ਉਦੋਂ ਇਹਨਾਂ ਨੂੰ ਵੀ ਮੇਰੇ ਖਿਆਲ 'ਚ ਉਹ ਮਾਣ ਸਤਿਕਾਰ ਨਹੀਂ ਮਿਲਿਆ ਸਾਡੇ ਘਰੇ ਕੋਈ ਦੁਸ਼ਮਣ ਵੀ ਚੱਲ ਕੇ ਆਵੇ ਨਾ ਅਸੀਂ ਪੰਜਾਬੀ ਉਹ ਲੋਕ ਹਾਂ ਕਿ ਇੱਥੇ ਵੀ ਅਸੀਂ ਉਹਦੀ ਸੇਵਾ ਪਾਣੀ 'ਚ ਕਸਰ ਨਹੀਂ ਛੱਡਦੇ ਠੀਕ ਹੈ ਕਿ ਇਕੱਲੇ ਬਣ 'ਚ ਰਹਿ ਕੇ ਗੱਲ ਕਰਦੇ ਹਾਂ ਸਾਡੇ ਸੁਭਾਅ ਤਾਂ ਅਸੀਂ ਤਾਂ ਆਹ ਸੁਭਾਅ ਚੱਕੀ ਫਿਰਦੇ ਹਾਂ ਪਰ ਜਿਸ ਤਰ੍ਹਾਂ ਦਾ ਵਿਵਹਾਰ ਸਾਡੇ ਬਜ਼ੁਰਗਾਂ ਦੇ ਨਾਲ ਕੀਤਾ ਹੈ ਉੱਥੇ ਉਹਨਾਂ ਦੇ ਨਾਲ ਤਾਂ ਉਹ ਸਾਰੇ ਪੰਜਾਬ ਨੂੰ ਪਸੰਦ ਨਹੀਂ ਆਇਆ ਕਿਤੇ ਨਾ ਕਿਤੇ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਕਹਿਣਾ ਵਾਜਬ ਹੋਣ ਕਿ ਭਾਈ ਅਸੀਂ ਹੁਣ ਤੁਹਾਡੇ ਕੋਲ ਨਹੀਂ ਆਵਾਂਗੇ ਪਰ ਉਹਦੇ ਲਈ ਜਿਹੜੀ ਸਭ ਤੋਂ ਵੱਡੀ ਬਾਤ ਇਹ ਹੈ ਕਿ ਹੁਣ ਉਸ ਤਰ੍ਹਾਂ ਦੇ ਲੈਵਲ 'ਤੇ ਸੰਘਰਸ਼ ਨੂੰ ਲੈ ਕੇ ਜਾਣਾ ਹੁਣ ਪੰਜਾਬ ਦੇ ਲਈ ਇੱਕ ਚੈਲੰਜ ਹੈ ਸਾਡੀ ਇਕੱਠਤਾ ਦਾ ਜਿਹੜਾ ਪ੍ਰਮਾਣ ਸਾਨੂੰ ਦੇਣਾ ਪੈਣਾ ਹੈ ਨਾ ਸਾਡੀ ਜਥੇਬੰਦੀ ਦਾ ਪ੍ਰਮਾਣ ਦੇਣਾ ਪੈਣਾ ਸਾਨੂੰ ਯੂਨਿਟ ਬਣਾਉਣੀ ਪੈਣੀ ਹੈ ਸਾਨੂੰ ਯੂਨੀਅਨ ਬਣਾਉਣੀ ਪੈਣੀ ਹੈ ਉਸ ਤਰ੍ਹਾਂ ਕਿ ਸਾਡੇ ਇਕੱਠਾਂ ਤੋਂ ਲੱਗੇ ਕਿ ਭਾਈ ਇਕੱਠੇ ਆ ਤਾਂ ਫਿਰ ਆਉਂਦੇ ਵੀ ਉਹ ਸੋਹਣੇ ਲੱਗਣਗੇ ਉਸ ਨੂੰ ਹੁਣ ਫੈਸਟੀਵਲ ਸੀਜ਼ਨ ਆ ਰਹੇ ਥਰਮਲ ਪਲਾਂਟ 'ਚ ਕੋਲਾ ਮੁੱਕ ਚੱਲਿਆ ਆਉਣ ਵਾਲੀ ਦੀਵਾਲੀ ਜਿਹੜੀ ਆ ਉਹ ਕਿਤੇ ਨਾ ਕਿਤੇ ਕਾਲੀ ਨਜ਼ਰ ਆ ਰਹੀ ਹੈ ਕਿਉਂਕਿ ਬਿਜਲੀ ਬਣਨੀ ਔਖੀ ਹੋ ਗਈ ਕੋਲਾ ਮੁੱਕ ਚੁੱਕਾ ਇਹਨੂੰ ਕਿੱਦਾਂ ਵੇਖਦੇ ਇਹ ਸਵਾਲ ਹੀ ਨਹੀਂ ਹੈ ਦੀਵਾਲੀ ਕੋਈ ਪਹਿਲੀ ਕਾਲੀ ਨਹੀਂ ਹੈ 35 ਸਾਲਾਂ ਦਾ ਹੋ ਗਿਆ ਮੈਨੂੰ ਤਾਂ ਕੋਈ ਵੀ ਚਿੱਟੀ ਨਹੀਂ ਲੱਗੀ ਕਿਉਂਕਿ ਹਰ ਵਾਰੀ ਕਰਜ਼ਿਆਂ 'ਚ ਹੀ ਮਨਾਈਆਂ ਦੀਵਾਲੀਆਂ ਸੀ ਹਰ ਵਾਰੀ ਖੁਦਕੁਸ਼ੀਆਂ 'ਚ ਹੀ ਮਨਾਈਆਂ ਦੀਵਾਲੀਆਂ ਸੀ ਤਾਂ ਹਰ ਵਾਰੀ ਹਰ ਪਾਸੇ ਪੰਦਰੋਲ ਹੀ ਪਿਆ ਵਾ ਭਾਵੇਂ ਕੋਈ ਧਰਮ ਦਾ ਮਸਲਾ ਲੈ ਲਓ ਭਾਵੇਂ ਰਾਜਨੀਤੀ ਦਾ ਲੈ ਲਓ ਭਾਵੇਂ ਕੋਈ ਸਮਾਜਿਕ ਸਾਡੇ ਪਿੰਡ ਲੈਵਲ 'ਤੇ ਮੈਂ ਕੋਈ ਭਾਈਚਾਰਕ ਸਾਂਝ ਲੈ ਲਾਂ ਈਵਨ ਕਿ ਸਰਪੰਚੀ ਦੀਆਂ ਵੋਟਾਂ ਹੀ ਲੈ ਲਾਂ ਤਾਂ ਸਭ ਪਾਸੇ ਮਾਹੌਲ ਤਾਂ ਕਾਲਾ ਹੀ ਆ ਦੋਸਤਾ ਠੀਕ ਹੈ ਕਿ ਅਣਖਾਂ ਹੰਕਾਰ ਦਾ ਰੂਪ ਧਾਰਨ ਕਰ ਗਈਆਂ ਅਤੇ ਹੰਕਾਰ ਹੁਣ ਸਾਨੂੰ ਹਜੇ ਵੀ ਅਣਖ ਲੱਗ ਰਿਹਾ ਸਾਡੇ ਕਿਸੇ ਨਾ ਕਿਸੇ ਦਬਕੇ ਨੂੰ ਇਸੇ ਕਰਕੇ ਇਹ ਸਵਾਲ ਵੀ ਸਾਨੂੰ ਕਈ ਵਾਰੀ ਨਾ ਕਲੀਅਰ ਨਹੀਂ ਦਿਖਦੇ ਇੱਕ ਕਹਿੰਦੇ ਸੀਗੇ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਰੇਲਵੇ ਟਰੈਕ 'ਤੇ ਬੈਠੀਆਂ ਆ ਉਹ ਉੱਠਣਗੀਆਂ ਅਤੇ ਰੇਲਾਂ ਚਲਾਈਆਂ ਜਾਣਗੀਆਂ ਹੁਣ ਤਮਾਮ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਕਿਸ ਟਰੈਕ ਤੋਂ ਉੱਠ ਚੁੱਕੀਆਂ ਆ ਹਾਂਜੀ ਹੁਣ ਸਰਕਾਰ ਕਹਿੰਦੀ ਹੈ ਵੀ ਜਿੰਨਾ ਚਿਕਰ ਸਾਨੂੰ ਪੰਜਾਬ ਸਰਕਾਰ ਅਸ਼ੋਰ ਕਰੇ ਵੀ ਅਸੀਂ ਟ੍ਰੇਨਾਂ ਉਦੋਂ ਹੀ ਚਲਾਵਾਂਗੇ ਵੀ ਸਾਡੀਆਂ ਟ੍ਰੇਨਾਂ ਨੂੰ ਕੋਈ ਵੀ ਰੋਕੀ ਐਸੇ ਤੀਕਰ ਕਿ ਮਾਲ ਗੱਡੀ ਵੀ ਚਲਾਈ ਜਾਏਗੀ ਪੈਸੰਜਰ ਵੀ ਚਲਾਏਗੀ ਜਦਕਿ ਕਿਸਾਨਾਂ ਵੱਲੋਂ ਕਿਹਾ ਇਕੱਲੀਆਂ ਮਾਲ ਗੱਡੀਆਂ ਚਲਾ ਦੇਣੀਆਂ ਦੇਖ ਬਾਈ ਜੀ ਇਹ ਨਾ ਸਾਰੇ ਮਲਗੋਬਾ ਜਿਹਾ ਬਣਿਆ ਹੋਇਆ ਇਸ ਚੀਜ਼ 'ਚ ਕੋਈ ਵੀ ਕਲੀਅਰ ਨਹੀਂ ਹੈ ਨਾ ਤਾਂ ਤੁਸੀਂ ਕਲੀਅਰ ਹੋ ਨਾ ਮੈਂ ਕਲੀਅਰ ਹੈ ਔਰ ਨਾ ਹੀ ਪੰਜਾਬ ਦਾ ਆਵਾਮ ਕਲੀਅਰ ਹੈ ਬਸ ਗੱਲ ਤਾਂ ਇੱਥੇ ਹੀ ਮੁੱਕਦੀ ਹੈ ਕਿ ਇੱਕ ਬਿੱਲ ਪਾਸ ਹੋਇਆ ਜਿਹੜਾ ਸਾਡੇ ਹੱਕਾਂ 'ਚ ਨਹੀਂ ਹੈ ਉਸੇ ਵਿੱਧ ਦੇ ਅਧੀਨ ਹੀ ਆ ਸਾਰੀਆਂ ਕਾਰਵਾਈਆਂ ਹੋ ਰਹੀਆਂ ਉਹਦੇ 'ਚ ਮਾੜੀ ਮੋਟੀ ਖਿਟਮਟ ਤਾਂ ਆਉਂਦੀ ਰਹਿੰਦੀ ਹਨ ਤਾਂ ਉਹ ਤਾਂ ਹੁਣ ਸਾਨੂੰ ਪੰਜਾਬ ਨੂੰ ਸਮਝਣਾ ਚਾਹੀਦਾ ਅਤੇ ਬਾਕੀ ਉਹਨਾਂ ਵੱਲੋਂ ਤਾਂ ਇੱਕ ਫੋਕੇ ਸਵਾਲ ਆ ਰਹੇ ਆ ਇੱਕ ਫੋਕਾ ਚਿੱਠਾ ਆ ਰਿਹਾ ਕਿ ਇੱਕ ਵਾਰੀ ਫੀਲਡਿੰਗ ਸੈੱਟ ਕੇ ਦੇਖ ਲੈਂਦੇ ਹਾਂ ਜੇ ਬਾਲ ਕਿਸੇ ਪਾਲੇ 'ਚ ਜਾਂਦੀ ਹੈ ਉਹ ਵੀ ਉਹਨਾਂ ਦੇ ਫਾਇਦੇ 'ਚ ਹੀ ਹੈ ਪਰ ਗੱਲ ਤਾਂ ਕਲੀਅਰ ਆ ਬਾਈ ਕਿ ਆਪਾਂ ਸਾਰੇ ਮਰ ਰਹੇ ਹਾਂ ਸਾਰੇ ਆਪਾਂ ਉਸ ਦੌਰ 'ਚ ਖੜੇ ਹਾਂ ਜਿਵੇਂ ਕਹਿੰਦੇ ਹੁੰਦੇ ਨਾ ਕਿ ਅਸੀਂ ਇੱਕ ਗੀਤ ਗਾਉਂਦੇ ਹਾਂ ਨਾ ਜਦੋਂ ਵੱਡੇ ਬਾਈ ਗੀਤ ਦੇ ਆਖਰੀ ਅੰਤਰੇ 'ਚ ਨਾ ਗੀਤਕਾਰ ਦਾ ਨਾਂ ਹੁੰਦਾ ਉਹਦਾ ਨਾਂ ਹੁੰਦਾ ਅਤੇ ਉਸ ਪੈਰੇ ਤੋਂ ਬਾਅਦ ਗੀਤ ਮੁੱਕ ਜਾਂਦਾ ਹੁੰਦਾ ਪੰਜਾਬ ਓਨੈਸਟਲੀ ਪੁੱਛੋ ਮੈਨੂੰ ਹੁਣ ਉਸ ਆਖਰੀ ਅੰਤਰੇ ਵਰਗਾ ਲੱਗਦਾ ਇਸ ਤੋਂ ਬਾਅਦ ਵੀ ਹੁਣ ਜੇ ਅਸੀਂ ਸਿਆਣੇ ਨਹੀਂ ਹੋਵਾਂਗੇ ਬਾਈ ਜੀ ਤਾਂ ਇਹ ਪੰਜਾਬ ਇਹ ਤਾਂ ਨਹੀਂ ਕਹਾਂਗੇ ਕਿ ਮੁੱਕ ਜੂਗਾ ਪਰ ਇਹ ਯੂਪੀ ਵਰਗਾ ਜ਼ਰੂਰ ਬਣਾ ਦੇਣਗੇ ਸਾਡੇ ਪੰਜਾਬ ਨੂੰ ਇਸ ਕਰਕੇ ਬੇਨਤੀਆਂ ਸਾਰੇ ਆਵਾਮ ਨੂੰ ਕਿ ਅਸੀਂ ਸਿਆਣੇ ਬਣੀਏ ਸਾਰੇ ਸਾਡੇ ਪਿਓ ਦਾਦੇ ਸਾਡੀਆਂ ਮਾਵਾਂ ਭੈਣਾਂ ਸਾਡੀਆਂ